सर की मामला थोड़ा दसो ना करो यार ना करो यार सर की मामला सर दस्यो थोड़ा जा आ जाओ थाने दस देने थोड़ा दस दियो तुसी ते लेके चले नाल सानू एदे बारे कोई नहीं पता इन्हां दीआं कि लैण देण दा मामला की आसी ਉਹ ਹੁਣ ਤੁਹਾਡੇ ਹੈਂਡ ਓਵਰ ਆ ਫੋਨ ਲੈ ਲਓ ਜਾਓ ਯਾਰ मेरा नाम सोमनाथ है जी आप जलंधर तो बिलोंग करते हैं की मसला की सर है ये मसला यह है जी कि इन्हें सानू कहा कि मैं मिनिस्ट्री ऑफ होम अफेयर के ग्रुप भी जा इंचार्ज हाँ जी इस बंदे ने यह अफसर कह के साथ ठगी मारी ते सानू पुर्तगाल भेजन का झांसा दिता डुप्लीकेट वीजे लवा दिते सारिया ने साढ़े पैसे लैके अज 8 महीने बाद असी लगातार देवी दला दे पैरवाई करते सके अज साढ़े काबू आया सी पी साहब नी कंप्लेट अभी दे चुके हैं पहला भी लेकिन इन्हों का सूँ पता नहीं सी लगता रेंद्या कितने हैं प्रॉपर नहीं जी सही दस करते हाँ जी फिर तुम फड़िया कितना अज जी अज देवी तला के बेच ही असी उड़ीक कर देंगे रोज़ ही पे कदों आवे तो इनू असी फड़िए असी पहरा देंगे सी इतने आके टोटल किन्ने पैसे दिते गए इनू ये घट तो घट इतने जलंधर के चार पाँच करोड़ की ठगी आ जी साढ़े नाल मेरा 8 लाख इदा मेरे होर साथी जो साढ़े पिंड के या होरले पारले सारे तो इन्होंने पैसे ले मिले कि सानू यह उत्थे मिलिया ही दिल्ली ਕਿਨੇ ਮਿਲਾਇਆ ਸੀ ਕਿਸੇ ਨੇ ਕਿ ਤੁਸੀਂ ਨਹੀਂ ਕਿਸੇ ਨਹੀਂ ਮਿਲਾਇਆ ਜਦੋਂ ਕਿਸਾਨ ਧਰਨਾ ਸੀ ਉਦੋਂ ਅਸੀਂ ਇੱਕ ਵਾਰੀ ਮਿਲੇ ਪਰ ਤੁਸੀਂ ਬਿਨਾ ਕਿਸੇ ਨੂੰ ਮਿਲੇ ਅਗਲੇ ਜਾਂ ਜਾਣ ਕੇ ਇਨਕੁਆਰੀ ਕਿਤੇ ਬਿਨਾ ਪੈਸੇ ਦੇਤੇ ਨਹੀਂ ਜੀ ਇਹਨੇ ਸਾਨੂੰ ਬੜੀ ਚੰਗੀ ਤਰ੍ਹਾਂ ਇੱਥੇ ਕਾਬੂ ਕੀਤਾ ਆ ਕੇ ਆ ਗੇੜੇ ਮਾਰ ਮਾਰ ਕੇ ਮਗਰ ਫਿਰ ਫਿਰ ਕੇ ਠੀਕ ਨਾ ਅਸੀਂ ਇਹਦੀਆਂ ਗੱਲਾਂ ਦੇ ਵਿੱਚ ਆ ਗਏ ਅਸੀਂ ਆਪਣਾ ਮਕਾਨ ਵੇਚ ਕੇ ਅਸੀਂ ਘਰ ਵਾਲੇ ਦੇ ਗਹਿਣੇ ਵੇਚ ਕੇ ਅਸੀਂ ਸਾਰਿਆਂ ਦੇ ਵਿਆਜੂ ਪੈਸੇ ਫੜ ਕੇ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਗ੍ਰਹਿ ਮੰਤਰਾਲੇ ਲੈ ਕੇ ਸਾਨੂੰ ਆਪਣਾ ਆਈਡੀ ਪ੍ਰੂਫ ਵੀ ਉੱਥੇ ਦਾ ਦਿਖਾਉਂਦਾ ਰਿਹਾ ਵੀ ਆਇਆ ਸਾਨੂੰ ਉਹ ਮਿਲਿਆ ਹੀ ਨਹੀਂ ਕੁਛ ਵੀ ਸਹੀ ਸਰਕਾਰੀ ਅਫਸਰ ਸਮਝ ਗਿਆ ਸੀਗਾ ਕਿ ਵੀਜ਼ਾ ਅਫਸਰ ਹੈ ਕਿ ਸਰਕਾਰੀ ਬੰਦਾ ਹੈ ਉਹਨੇ ਤੁਸੀਂ ਕੰਪਲੀਟ ਦਿੱਤੀ ਹੈ ਉਹ ਤੇ ਕੀ ਕੀ ਅਫਸਰਾਂ ਨੇ ਤੁਹਾਨੂੰ ਕੁਛ ਨਹੀਂ ਕਿਹਾ ਜੀ ਹੱਲੇ ਸਾਨੂੰ ਕੰਪਲੀਟ ਬਾਰੇ ਉਹਨਾਂ ਨੇ ਜੀ ਨਾ ਤੁਸੀਂ ਕਹਿੰਦੇ ਨਾ ਕੰਪਲੀਟ ਦਿੱਤੀ ਪਹਿਲੇ ਦਿਨ ਦਿੱਤੀ ਸੀ ਪੀ ਸਾਹਿਬ ਨੂੰ ਆਨਲਾਈਨ ਭੇਜੀ ਸੀਗੀ ਓਕੇ ਸਰ ਮਾਮਲਾ ਸਿੱਧਾ ਇੱਕ ਪ੍ਰਵਿੰਦਰ ਪਾਲ ਸਾਨੂੰ ਪਿਆਰਾ ਲੱਗਾ ਹੈ ਕੌਮ ਇਹਨੇ ਦੁੱਗਲ ਹੈ ਵਾਸੀ ਮਹਿਤਪੁਰ ਜ਼ਿਲ੍ਹਾ ਜਲੰਧਰ ਰਹਿਣ ਵਾਲਾ ਇਹਨਾਂ ਨੂੰ ਇਹ ਏਜੰਟੀ ਦਾ ਕੰਮ ਕਰਦਾ ਸੀ ਦੇਵੀ ਤਲਾ ਮੰਦਰ ਮੱਥਾ ਟੇਕਣ ਆਇਆ ਸੀ ਇਹਨੇ ਕਾਫੀ ਲੋਕਾਂ ਨੂੰ ਜਿਹੜੇ ਪੈਸੇ ਦੇ ਪਬਲਿਕ ਨੇ ਫੜਿਆ ਫੜ ਕੇ ਇਹਨੂੰ ਮਾਰ ਕੁਟਾਈ ਕਰ ਰਹੇ ਸੀ ਤਾਂ ਹੁਣ ਅਸੀਂ ਇਹਨੂੰ ਆਪਣੇ 8 ਨੰਬਰ ਐਸ ਓ ਸਾਹਿਬ ਨੂੰ ਬੁਲਾਇਆ ਉਹਨਾਂ ਦੇ ਹਵਾਲੇ ਕਰ ਰਹੇ ਹਾਂ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਅਗਲੀ ਤੋਂ